ਪਿੰਡ ਦੀ ਸਰਪੰਚੀ ਤੋਂ ਲੈ ਕੇ ਬਾਦਲ ਸਰਕਾਰ ਵਿੱਚ CPS ਦਾ ਅਹੁਦਾ ਐਨ ਕੇ ਸ਼ਰਮਾ ਨੇ ਬੜੀ ਬਾਖੂਬੀ ਨਾਲ ਨਿਭਾਇਆ ਹੈ। ਹੁਣ ਉਹ ਡੇਰਾ ਬੱਸੀ ਤੋਂ ਦੂਸਰੀ ਵਾਰ MLA ਬਣੇ ਨੇ। ਅੱਜ ਉਹਨਾਂ ਨਾਲ ਗੱਲਬਾਤ ਕਰਾਂਗੇ ਅਕਾਲੀ ਦਲ ਦੀ ਕਾਰਗੁਜ਼ਾਰੀ ਬਾਰੇ ਕਿ ਕੀ ਵਜ੍ਹਾ ਸੀ ਅਕਾਲੀ ਦਲ ਦੀ ਜਿਹੜੀ ਸਭ ਤੋਂ ਬੁਰੀ ਹਾਰ ਹੋਈ ਹੈ। ਕਾਂਗਰਸ ਦੇ 100 ਦਿਨਾਂ ਦੀ ਗੱਲ ਕਰਾਂਗੇ ਔਰ ਇਹ ਪਾਰਟੀ ਦੇ ਅਕਾਲੀ ਦਲ ਦੇ ਟ੍ਰੈਜਰਰ ਵੀ ਹੈਗੇ ਆ, ਉਸ ਬਾਰੇ ਗੱਲ ਕਰਾਂਗੇ ਕਿ ਜਿਹੜੀ ਇਹਨਾਂ ਦੀ ਪਾਰਟੀ ਹੈ ਉਹ ਕਿਵੇਂ ਬਾਊਂਸ ਬੈਕ ਕਰੇਗੀ। ਸ਼ਰਮਾ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਨਿਊਜ਼ ਨੰਬਰ .com 'ਚ। ਅਕਾਲੀ ਦਲ ਦਾ ਇਤਿਹਾਸ ਇਹੋ ਜਿਹਾ ਹੈ ਕਿ 40 ਤੋਂ ਸੀਟਾਂ ਕਦੀ ਘਟੀਆਂ ਨਹੀਂ ਸੀ ਉਹਨਾਂ ਦੀਆਂ। ਕੀ ਵਜ੍ਹਾ ਰਹੀ ਕਿ ਡਿਵੈਲਪਮੈਂਟ ਦਾ ਦਾਅਵਾ ਕੀਤਾ ਜਾ ਰਿਹਾ ਉਸਦੇ ਬਾਵਜੂਦ ਇਸ ਵਾਰ ਇੰਨੀਆਂ ਘੱਟ ਸੀਟਾਂ 'ਤੇ ਸਿਮਟ ਗਏ? ਅਸੀਂ ਪਿਛਲੇ ਤਕਰੀਬਨ 10 ਸਾਲਾਂ 'ਚ ਪੰਜਾਬ ਦਾ ਜਿਹੜਾ ਹਰ ਫੀਲਡ 'ਚ ਬਹੁਤ ਵਿਕਾਸ ਹੋਇਆ। ਜੇ ਅਸੀਂ ਸੜਕਾਂ ਦੀ ਗੱਲ ਲਾ ਲਈਏ, ਤੁਸੀਂ ਦੇਖੋ ਜੀ, ਪੰਜਾਬ ਦਾ ਕੋਈ ਵੀ ਸ਼ਹਿਰ ਹੈ ਜਾਂ ਨਹੀਂ ਜਿੱਥੇ 6 ਲੇਨ ਕਨੈਕਟੀਵਿਟੀ ਨਾ ਹੋਏ। ਤਕਰੀਬਨ 1,80,000 ਕਰੋੜ ਰੁਪਇਆ ਅਸੀਂ ਇਨਫਰਾਸਟਰਕਚਰ 'ਤੇ ਖਰਚ ਕੀਤਾ। ਏਅਰਪੋਰਟ ਮੋਹਾਲੀ 'ਚ ਬਣਿਆ, 2 ਇੰਟਰਨੈਸ਼ਨਲ ਏਅਰਪੋਰਟ, 4 ਡੋਮੈਸਟਿਕ ਏਅਰਪੋਰਟ ਬਣੇ। ਔਰ ਤੁਸੀਂ ਦੇਖੋ ਵੀ 6 ਦੇ 6 ਬਾਲ ਸਾਹਿਬ ਦੇ ਨੀਂਹ ਪੱਥਰ ਰੱਖੇ ਹੋਏ, ਉਹਨਾਂ ਦੀ ਬਦੌਲਤ ਪੰਜਾਬ 'ਚ ਬਣੇ। ਬਿਜਲੀ ਦਾ ਜਦੋਂ ਸਾਡੀ ਸਰਕਾਰ ਪਿਛਲੀ ਵਾਰ ਬਣੀ ਸੀਗੀ, 27% ਡੈਫੀਸਿਟ ਸੀਗਾ, ਯਾਨੀ 6,000 ਮੈਗਾਵਾਟ ਬਿਜਲੀ ਸੀਗੀ। ਅੱਜ 12,464 ਮੈਗਾਵਾਟ ਬਿਜਲੀ ਆ ਅਸੀਂ ਜਨਰੇਟ ਕੀਤੀ, ਯਾਨੀ 24 ਘੰਟੇ ਸਾਡੀ ਸਰਕਾਰ 'ਚ ਕੱਟ ਵੀ ਨਹੀਂ ਕੋਈ ਲੱਗਦੇ ਸੀਗੇ। ਫਿਰ ਆਪਾਂ ਆਪਣਾ ਕਲਚਰ ਨੂੰ, ਸੱਭਿਆਚਾਰ ਨੂੰ ਸੰਭਾਲਣ ਦੀ ਜੇਕਰ ਗੱਲਬਾਤ ਕਰੀਏ, ਤੁਸੀਂ ਦੇਖੋ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਯਾਦਗਾਰ ਬਣੀ ਫਿਰ ਚੱਪੜਚਿੜੀ 'ਚ ਖਾਲਸਾ ਹੈਰੀਟੇਜ ਕੰਪਲੈਕਸ ਬਣਿਆ, ਛੋਟਾ ਘੱਲੂਘਾਰਾ, ਵੱਡਾ ਘੱਲੂਘਾਰਾ, ਭਗਵਾਨ ਵਾਲਮੀਕ ਜੀ ਦੀ ਯਾਦਗਾਰ, ਸ਼੍ਰੀ ਗੁਰੂ ਰਵਿਦਾਸ ਜੀ ਦੀ ਯਾਦਗਾਰ, ਸ਼੍ਰੀ ਹਰਿਮੰਦਰ ਸਾਹਿਬ ਦਾ ਆਊਟਰ ਗਲਿਆਰਾ। ਯਾਨੀ ਉਹਦੇ ਇਫੈਕਟ ਇਹ ਪਏ ਕਿ ਸਭ ਤੋਂ ਵੱਧ ਟੂਰਿਸਟਮ ਹੁਣ ਪੰਜਾਬ ਦੇ ਅੰਦਰ ਆ ਰਿਹਾ। ਇਹ ਵੀ ਸਾਡੀ ਸਰਕਾਰ ਦੇ ਉਪਰਾਲਿਆਂ ਸਦਕਾ ਜਿਹੜਾ ਸੰਭਵ ਹੋ ਸਕਿਆ। ਕਿਸੇ ਤਰ੍ਹਾਂ ਫਿਰ GDP ਟੂ ਡੈਟ ਰੇਸੋ 41% ਸੀਗੀ ਜਦੋਂ ਸਾਡੀ ਸਰਕਾਰ ਬਣੀ, ਅਤੇ ਅੱਜ 29% 'ਤੇ ਅਸੀਂ ਛੱਡਿਆ ਹੈਗਾ। ਯਾਨੀ ਸਾਡੀ ਆਮਦਨ ਜਿਹੜੀ ਇੰਨੀ ਵਧੀ, ਤੁਸੀਂ ਦੇਖੋ 7500 ਕਰੋੜ ਤੋਂ ਭਜਾ ਕੇ 28,000 ਕਰੋੜ ਤੱਕ ਸਾਡੀ ਆਮਦਨ ਜਿਹੜੀ ਈਅਰਲੀ ਹੋਈ, ਉਹ ਵੀ ਸਾਡੀ ਸਰਕਾਰ ਦੀ ਬੈਸਟ ਮੈਨੇਜਮੈਂਟ ਸਦਕਾ ਹੋਈ। ਪਰ ਕਿਤੇ ਨਾ ਕਿਤੇ ਮੈਂ ਸਮਝਦਾ ਕਿ ਇੱਕ ਜਿਹੜਾ ਸਾਡੇ ਖਿਲਾਫ਼ ਕੂੜ ਪ੍ਰਚਾਰ ਹੋਇਆ ਉਹ ਸਾਡੀ ਸਰਕਾਰ ਨੂੰ ਲੈ ਬੈਠਿਆ। ਕਈ ਚੀਜ਼ਾਂ ਜਿਹੜੀਆਂ ਹੋਈਆਂ, ਇੱਕ ਤਾਂ ਜਿਹੜੀ ਸਾਡੀ ਵਿਰੋਧੀ ਪਾਰਟੀ ਨਵੀਂ ਦਿੱਲੀ ਤੋਂ ਆਈ, ਉਹਨੇ ਸਰਕਾਰ ਦੇ ਖਿਲਾਫ਼ ਕਦੇ ਨਸ਼ਿਆਂ ਦਾ, ਕਦੇ ਰੇਤੇ ਦਾ, ਕਦੇ ਬਜਰੀ ਦੀ, ਕਦੇ ਕੁਛ ਹੋਰ, ਬਰਗਾੜੀ ਕਾਂਡ ਜਿਹੜਾ ਹੋਇਆ ਉਹਦੇ ਨਹੀਂ ਲੋਕਾਂ ਨੂੰ ਐਕਸਪਲੋਇਟ ਕਰਕੇ, ਮੈਂ ਸਮਝਦਾ ਕਿ ਬਰਗਲਾ ਕੇ ਜਿਹੜਾ ਬਹੁਤ ਉਹਦਾ ਇਫੈਕਟ ਸਾਡੇ 'ਤੇ ਪਿਆ। ਦੂਸਰਾ, ਜਿਹੜੀ ਸਾਡੀ ਵਿਰੋਧੀ ਪਾਰਟੀ ਆ ਕਾਂਗਰਸ ਪਾਰਟੀ ਨੇ ਇਹ ਸਹੁੰ ਹੀ ਖਾ ਲਈ ਸੀਗੀ ਵੀ ਕੁਛ ਵੀ ਬੋਲਣਾ ਪੈ ਜੇ, ਕੋਈ ਝੂਠ ਬੋਲ ਲਈਏ ਵੀ ਸਰਕਾਰ ਬਣਾਉਣੀ ਆ। ਤੁਸੀਂ ਦੇਖੋ ਵੀ ਉਹਨਾਂ ਨੇ, ਕੈਪਟਨ ਅਮਰਿੰਦਰ ਸਿੰਘ ਜੀ ਨੇ ਵਾਅਦੇ ਕਰੇ ਵੀ ਕਿਸਾਨਾਂ ਦੇ ਕਰਜ਼ੇ ਮਾਫ਼ ਕਰਾਂਗੇ। ਕਰਜ਼ੇ ਵੀ ਕਿਹੜੇ? ਆੜ੍ਹਤੀਆਂ ਦੇ ਵੀ ਮਾਫ਼ ਕਰਾਂਗੇ, ਨੈਸ਼ਨਲਾਈਜ਼ ਬੈਂਕਾਂ ਦੇ ਵੀ ਮਾਫ਼ ਕਰਾਂਗੇ, ਸਰਕਾਰੀ ਬੈਂਕਾਂ ਦੇ, ਜਿਹੜੇ ਕੋਆਪਰੇਟਿਵ ਬੈਂਕਾਂ ਉਹਨਾਂ ਦੇ ਵੀ ਮਾਫ਼ ਕਰਾਂਗੇ, ਉਹਨਾਂ ਨੇ ਵਾਅਦਾ ਕੀਤਾ। ਇਕੱਲਾ ਵਾਅਦਾ ਨਹੀਂ ਕਰਿਆ, ਘਰ ਘਰ ਜਾ ਕੇ ਉਹਨਾਂ ਨੇ ਕਰਜ਼ਾ ਮਾਫ਼ੀ ਦੇ ਫਾਰਮ ਇਲੈਕਸ਼ਨਾਂ ਤੋਂ ਪਹਿਲਾਂ ਹੀ ਜਿਹੜੇ ਭਰਵਾ ਲਏ। ਸੋ ਕਿਤੇ ਨਾ ਕਿਤੇ ਕਿਸਾਨ ਪ੍ਰਭਾਵਿਤ ਹੋ ਗਏ ਵੀ ਸ਼ਾਇਦ ਸੱਚੀ ਕਰਜ਼ਾ ਜਿਹੜਾ ਉਹ ਮਾਫ਼ ਹੋ ਜਾਏਗਾ। ਦੂਸਰਾ, ਨੌਜਵਾਨਾਂ ਨੂੰ ਵੀ ਹਰ ਘਰ 'ਚ ਸਰਕਾਰੀ ਨੌਕਰੀ ਦੇਵਾਂਗੇ। ਇਕੱਲੇ ਇਕੱਲੇ ਨੌਜਵਾਨ ਦੇ ਫਾਰਮ ਉਹਨਾਂ ਨੇ ਘਰ ਘਰ ਜਾ ਕੇ ਭਰਵਾਏ ਕਿ ਸਰਕਾਰ ਬਣਦੇ ਤੁਹਾਨੂੰ ਇੱਕ ਮੈਂਬਰ ਨੂੰ ਪਰਿਵਾਰ ਦੇ ਨੂੰ ਸਰਕਾਰੀ ਨੌਕਰੀ ਦੇਵਾਂਗੇ। ਫਿਰ ਸਾਗਨ ਸਕੀਮ ਉਹਨਾਂ ਨੇ ਕਹਿਤਾ 51,000 ਕਰ ਦਾਂਗੇ। ਨੌਜਵਾਨਾਂ ਨੂੰ ਬੇਰੁਜ਼ਗਾਰ ਭੱਤਾ 2100 ਰੁਪਏ ਦੇ ਦਾਂਗੇ, ਪੈਨਸ਼ਨ ਆ ਜਿਹੜੀ 2100 ਰੁਪਏ ਕਰ ਦਾਂਗੇ, ਸੋ ਸਕੂਟੀ ਦੇ ਦਾਂਗੇ ਲੜਕੀਆਂ ਨੂੰ। ਸੋ ਇਹੋ ਜਿਹੇ ਵਾਅਦੇ ਉਹਨਾਂ ਨੇ ਕੀਤੇ ਅਤੇ ਲੋਕ ਕਿਤੇ ਨਾ ਕਿਤੇ ਮੈਂ ਸਮਝਦਾ ਕਿ ਗੁੰਮਰਾਹ ਹੋ ਗਏ। ਗੁੰਮਰਾਹ ਹੋ ਕੇ ਵੋਟਾਂ ਜਿਹੜੀਆਂ ਕਾਂਗਰਸ ਨੂੰ ਪੈ ਗਈਆਂ। ਔਰ ਸਰਕਾਰ ਬਣਨ ਤੋਂ ਬਾਅਦ ਆ ਪਹਿਲੀ ਵਾਰ ਆ ਤੁਸੀਂ ਦੇਖੋ ਕਿ ਸਰਕਾਰ ਜਦੋਂ ਨਵੀਂ ਸਰਕਾਰ ਬਣਦੀ ਆ, ਆਮ ਹਰੇਕ ਸਟੇਟ ਦਾ ਇੱਕ ਹੁੰਦਾ ਕਿ 1.5-2 ਸਾਲ ਹਨੀਮੂਨ ਪੀਰੀਅਡ ਹੁੰਦਾ ਵੀ ਉਹਨੂੰ ਲੋਕ ਕੰਮ ਕਰਨ ਦਾ ਮੌਕਾ ਦਿੰਦੇ ਆ, ਉਹਨੂੰ ਕ੍ਰਿਟੀਸਾਈਜ਼ ਨਹੀਂ ਹੁੰਦੇ, ਸਾਰਾ ਕੁਛ ਨਹੀਂ। ਪਰ ਕਾਂਗਰਸ ਸਰਕਾਰ ਦਾ 6 ਮਹੀਨੇ 'ਚ ਬੁਰੀ ਤਰ੍ਹਾਂ ਜਲੂਸ ਨਿਕਲ ਗਿਆ ਕਿਉਂਕਿ ਝੂਠੇ ਵਾਅਦੇ ਕਰੇ ਤੇ ਕਿਸੇ ਵਾਅਦੇ 'ਤੇ ਪੂਰਾ ਨਹੀਂ ਉਤਰ ਸਕੇ, ਲੋਕਾਂ ਦੀਆਂ ਉਮੀਦਾਂ ਤੋਂ ਪੂਰਾ ਨਹੀਂ ਉਤਰ ਸਕੇ। ਕਰਪਸ਼ਨ ਤੁਸੀਂ ਦੇਖ ਲਓ ਕਿੰਨੀ ਵੱਧ ਗਈ, ਨਸ਼ਿਆਂ ਦਾ। ਇਹਨੇ ਅਮਰਿੰਦਰ ਸਿੰਘ ਜੀ ਨੇ ਗੁਟਕਾ ਸਾਹਿਬ ਦੀ ਸਹੁੰ ਖਾਈ ਸੀਗੀ ਵੀ 4 ਹਫ਼ਤਿਆਂ 'ਚ ਮੈਂ ਨਸ਼ੇ ਪੰਜਾਬ 'ਚ ਖਤਮ ਕਰ ਦਾਂਗਾ। ਇਹਨਾਂ ਦਾ ਜਿਹੜਾ ਕਾਂਗਰਸ ਦਾ ਲੀਡਰ ਆ ਰਾਹੁਲ ਗਾਂਧੀ, ਉਹਨੂੰ ਬਹੁਤੀ ਸਮਝ ਹੈ ਨਹੀਂ। ਉਹਨੇ ਪੰਜਾਬ ਦੇ ਅੰਦਰ ਆ ਕੇ ਇੱਕ ਨਾਰਾ ਲਾ ਦਿਆ ਕਿ ਪੰਜਾਬ ਦੇ 70% ਲੋਕ ਨਸ਼ਾ ਕਰਦੇ ਆ।
ਬੜਾ ਪ੍ਰਚਾਰ ਹੋਇਆ ਸੋਸ਼ਲ ਮੀਡੀਆ 'ਤੇ, ਕੂੜ ਪ੍ਰਚਾਰ, ਫਿਲਮ ਵੀ ਬਣ ਗਈ, ਫਿਲਮ ਬਣ ਗਈ ਉੱਡਦਾ ਪੰਜਾਬ, ਯਾਨੀ ਪੰਜਾਬ ਨੂੰ ਰੱਜ ਕੇ ਇਹਨਾਂ ਨੇ ਬਦਨਾਮ ਕਰਿਆ। ਸੋ ਤੁਸੀਂ ਇੱਕ ਝੂਠ ਨੂੰ ਜੇ 100 ਵਾਰੀ ਬੋਲੋ, ਕਈ ਵਾਰੀ ਲੋਕ ਸੱਚ ਵੀ ਮੰਨ ਲੈਂਦੇ ਆ ਵੀ ਹੋ ਸਕਦਾ ਗੱਲ ਸੱਚੀ ਹੋਏ। ਸੋ ਮੈਂ ਸਮਝਦਾ ਵੀ ਇਹ ਜਿਹੜਾ ਕੂੜ ਪ੍ਰਚਾਰ ਹੋਇਆ ਸੀਗਾ, ਹੁਣ ਤੁਸੀਂ ਦੇਖੋ, ਮੈਂ ਵਿਧਾਨ ਸਭਾ 'ਚ ਵੀ ਕੁਸ਼ਚਨ ਕਰਿਆ ਤਾ ਅਮਰਿੰਦਰ ਸਿੰਘ ਜੀ ਨੂੰ ਵੀ ਤੁਸੀਂ ਸਹੁੰ ਖਾਈ ਦੀ 4 ਹਫ਼ਤਿਆਂ 'ਚ ਬੰਦ ਕਰ ਦਾਂਗੇ, ਔਰ ਤੁਸੀਂ ਅੱਜ ਗੱਲਾਂ ਕਰ ਰਹੇ ਹਾਂ ਵਿਧਾਨ ਸਭਾ 'ਚ ਵੀ ਅਸੀਂ ਨਸ਼ਾ ਬੰਦ ਕਰਤਾ। ਜੇ ਆਪਾਂ ਉਹਨਾਂ ਦੀ ਗੱਲ ਮੰਨ ਲਈਏ ਵੀ ਪੰਜਾਬ 'ਚ 100% ਨਸ਼ੇ ਬੰਦ ਹੋ ਗਏ, ਫਿਰ ਜਿਹੜੇ 70% ਲੋਕ, ਮਤਲਬ 2 ਕਰੋੜ ਲੋਕ ਜਿਹੜੇ ਨਸ਼ਾ ਕਰਦੇ, ਤਾਂ ਕਿਹੜਾ ਇੰਜੈਕਸ਼ਨ, ਕਿਹੜੀ ਦਵਾਈ ਦੇਈ ਇਹਨਾਂ ਨੇ ਵੀ ਉਹ ਨਸ਼ੇ ਛੱਡ ਗਏ? ਇੱਕ ਬੰਦਾ ਵੀ ਕੋਈ ਨਸ਼ਾ ਛਡਾਊ ਕੇਂਦਰ 'ਚ ਭਰਤੀ ਨਹੀਂ ਹੋਇਆ, ਕਿਸੇ ਹਸਪਤਾਲ 'ਚ ਨਹੀਂ ਗਿਆ, ਕਿਤੇ ਕੁਛ ਨਹੀਂ ਗਿਆ। ਸੋ ਇਹ ਕੋਈ ਤਰੀਕਾ ਵੀ ਬੰਦਾ ਕੋਈ 10-20 ਸਾਲ ਤੋਂ ਨਸ਼ੇ ਕਰ ਰਿਹਾ, ਇੱਕ ਦਿਨ 'ਚ ਬੰਦ ਕਰਨ ਨਾਲ ਛੁੱਟ ਜਾਏਗਾ? ਮਤਲਬ ਲੋਕਾਂ ਨੂੰ ਗੁੰਮਰਾਹ ਕਰਨ ਗਿਆ। 70% ਤਾਂ ਨਹੀਂ ਸੀਗਾ, ਲੇਕਿਨ ਜਿਹੜੇ ਨੌਜਵਾਨ ਸੀ ਪੰਜਾਬ ਦੇ, ਬਹੁਤ ਜ਼ਿਆਦਾ ਉਹ ਡਰੱਗਸ ਲੈ ਰਹੇ ਸੀ, ਔਰ ਸਰਕਾਰ ਦਾ ਦਾਅਵਾ ਹੈ ਕਿ ਅਸੀਂ STF ਬਣਾਈ ਹੈ ਔਰ ਲੋਕਾਂ ਨੂੰ ਫੜਿਆ ਜਾ ਰਿਹਾ ਪਿੰਡਾਂ 'ਚ ਜਿਹੜੇ ਸਮਗਲਿੰਗ ਕਰਦੇ ਸੀ, ਔਰ ਖਾਸ ਕਰਕੇ ਸਰਕਾਰ ਦਾ ਦਾਅਵਾ ਕਿ ਅਸੀਂ 70-80% ਜਿਹੜੇ ਹੈ ਉਹ ਡਰੱਗਸ ਜਿਹੜਾ ਉਹ ਰੋਕਤਾ ਸੀ, ਇਹ ਕਿੰਨਾ ਕੁ ਸਹਿਮਤ ਹੋਏ? ਬਿਲਕੁਲ, ਦੇਖੋ ਮੈਂ ਬਿਲਕੁਲ ਇਸ ਗੱਲ ਨਾਲ ਸਹਿਮਤ ਨਹੀਂ ਵੀ ਪੰਜਾਬ ਦੇ ਜਿਹੜੇ ਨੌਜਵਾਨ, ਜਿੰਨਾ ਬਾਕੀ ਸਟੇਟਾਂ 'ਚ ਆ, ਬਾਕੀ ਕੰਟਰੀਆਂ 'ਚ, ਮੈਂ ਕੈਨੇਡਾ ਗਿਆ, ਉੱਥੇ ਹਰ ਮਹੀਨੇ ਡਰੱਗ ਬਾਰ ਹੁੰਦੀ ਹੈ, 1-2 ਬੰਦਾ ਮਰਦਾ, ਹਰ ਰੋਜ਼ ਹੁੰਦੀ ਹੈ, ਹਰ ਰੋਜ਼ ਹੀ ਹੁੰਦੀ ਆ, ਅਮੈਰੀਕਾ 'ਚ ਹੁੰਦੀ ਆ, ਬਾਕੀ ਸਟੇਟਾਂ 'ਚ ਹੁੰਦੀ ਆ। ਸੋ ਉਹਨਾਂ ਕੁ ਜਿਹੜਾ ਪ੍ਰਭਾਵ ਪੰਜਾਬ ਦੇ ਅੰਦਰ ਵੀ ਸੀਗਾ, ਪਰ ਜਿਹੜੀ ਗੱਲ ਵੀ 70% ਨੌਜਵਾਨ ਨਸ਼ੈੜੀ ਸੀਗੇ, ਸਾਡਾ ਨੌਜਵਾਨ ਤਾਂ ਸਭ ਤੋਂ ਵੱਧ ਇੰਟਰਪਨਿਓਰ ਆ, ਅੱਜ IT 'ਚ ਸਭ ਤੋਂ ਵੱਧ ਨੌਜਵਾਨ ਪੰਜਾਬੀ ਕੰਮ ਕਰਦੇ ਆ, ਪਿੱਛੇ ਫੌਜ ਦੀ ਭਰਤੀ ਹੋਈ, ਬਠਿੰਡੇ 'ਚ ਭਰਤੀ ਹੋਈ, 5500 ਦਾ ਡਰੱਗ ਟੈਸਟ ਹੋਇਆ, 1 ਡੋਪ ਟੈਸਟ ਇੱਕ ਵੀ ਨਹੀਂ ਨਿਕਲਿਆ, ਪਟਿਆਲੇ 'ਚ ਭਰਤੀ ਹੋਈ, ਉੱਥੇ 1 ਨਹੀਂ ਨਿਕਲਿਆ, 3.5 ਲੱਖ ਅਸੀਂ ਭਰਤੀ ਕੀਤੀ, ਉਹਨਾਂ 'ਚ 1% ਜਿਹੜੇ ਨਸ਼ਾ ਕਰਨ ਵਾਲੇ, ਉਹ ਵੀ ਜਿਹੜੇ ਐਨਰਜੀ ਜਨਰੇਟ ਕਰਨ ਵਾਲੇ, ਨਸ਼ੇ ਕਰਨ ਵਾਲੇ ਨਿਕਲੇ, ਸਿਰਫ 1%। ਸੋ ਇਹਨਾਂ ਨੇ ਇੱਕ ਫੋਬੀਆ ਕ੍ਰੀਏਟ ਕਰਤਾ, ਨਸ਼ਾ ਐਕਚੁਲੀ ਪੰਜਾਬ ਦੇ ਅੰਦਰ ਥੋੜ੍ਹੀ ਪੈਦਾ ਹੁੰਦਾ, ਤਾਂ ਇੱਕ ਰੂਟ ਆ, ਔਰ ਬਾਰਡਰ ਸਟੇਟ ਹੈ, ਅਫਗਾਨਿਸਤਾਨ ਤੋਂ ਨਸ਼ਾ ਆਉਂਦਾ ਹੈਗਾ ਅਤੇ ਅੱਗੇ ਪੂਰੇ ਹਿੰਦੁਸਤਾਨ 'ਚ ਇੱਥੋਂ ਜਾਂਦਾ ਹੈਗਾ। ਅਸੀਂ ਨਸ਼ਿਆਂ ਦੇ ਖਿਲਾਫ, ਡਰੱਗ ਦੇ ਖਿਲਾਫ ਇੱਕ ਵਾਰ ਸਟਾਰਟ ਕੀਤੀ ਸੀਗੀ, ਔਰ ਅਸੀਂ ਦੇਸ਼ ਦੀ ਲੜਾਈ ਲੜੀ, ਨਸ਼ੇ ਫੜੇ, ਉਹਦਾ ਨਤੀਜੇ ਹੋਏ ਵੀ ਕਾਫੀ ਹੱਦ ਤੱਕ ਨਸ਼ਾ, ਤੁਸੀਂ ਦੇਖੋ ਵੀ ਉਸ ਟਾਈਮ ਅਸੀਂ 10 ਸਾਲ ਪਹਿਲਾਂ ਜਦੋਂ ਡਰਾਈਵ ਕਰੀ, ਤਕਰੀਬਨ ਲਗਭਗ 3-4 ਲੱਖ ਬੱਚੇ ਟ੍ਰੀਟ ਕੀਤੇ, ਜਿਹੜੇ ਲੋਕ ਉਹਨਾਂ ਦਾ ਇਲਾਜ ਕਰਿਆ, ਉਹਨੂੰ ਛੱਡਿਆ। ਸੋ ਉਹ ਚੀਜ਼ ਉਸ ਟਾਈਮ ਖਤਮ ਹੀ ਹੋ ਗਈ ਸੀਗੀ, ਇਹਨਾਂ ਨੇ ਉਹਨੂੰ ਮੁੱਦਾ ਬਣਾ ਕੇ ਇਲੈਕਸ਼ਨ ਲੜੀ, ਸਾਡਾ ਜਿਹੜਾ ਨੁਕਸਾਨ ਹੋਇਆ, ਪਰ ਪੰਜਾਬ ਦੇ ਲੋਕ ਹੁਣ ਠੱਗਿਆ ਹੋਇਆ ਮਹਿਸੂਸ ਕਰਦੇ ਆ। ਬਜਟ ਸੈਸ਼ਨ ਸੀਗਾ, ਉਹਦੇ ਵਿੱਚ ਸਰਕਾਰ ਨੇ ਕਿਸਾਨਾਂ ਦੇ ਕਰਜ਼ਾ ਮਾਫੀ ਦੀ ਗੱਲ ਕੀਤੀ ਹੈ, ਔਰ 2 ਲੱਖ ਦਾ ਕਰਜ਼ਾ ਕਿਹਾ ਜਾ ਰਿਹਾ ਕਿ ਮਾਫ ਕੀਤਾ ਗਿਆ ਹੈ। ਸੋ ਮੈਂ ਸਮਝਦਾ ਕਿ ਕਾਂਗਰਸ ਪਾਰਟੀ ਨੇ ਸਭ ਤੋਂ ਵੱਡੀ ਠੱਗੀ ਕਿਸਾਨਾਂ ਨਾਲ ਮਾਰੀ। ਦੇਖੋ ਪਹਿਲਾਂ ਉਹਨਾਂ ਨੇ ਵਾਅਦਾ ਕੀਤਾ ਵੀ ਆੜ੍ਹਤੀ ਦਾ ਵੀ ਕਰ ਦਾਂਗੇ, ਨੈਸ਼ਨਲਾਈਜ਼ ਬੈਂਕ ਦਾ ਵੀ ਕਰਾਂਗੇ, ਅਤੇ ਦੂਸਰਾ ਵੀ ਕਰਾਂਗੇ। ਫਿਰ ਜਦੋਂ ਅਸੀਂ ਵਿਧਾਨ ਸਭਾ 'ਚ ਕਿਹਾ, ਔਰ ਇਹਨਾਂ ਨੇ ਕਿਹਾ ਸੀਗਾ ਵੀ ਪਹਿਲੀ ਕੈਬਨਿਟ 'ਚ ਕਰ ਦਾਂਗੇ, ਅਸੀਂ ਵਿਧਾਨ ਸਭਾ 'ਚ ਬੀਂਗ ਐਂਡ ਓਪੋਜੀਸ਼ਨ, ਅਸੀਂ ਉੱਥੇ ਉਹਨਾਂ ਨੂੰ ਪੁੱਛਿਆ ਵੀ ਹੁਣ ਕਰੋ ਤੁਸੀਂ, ਤੁਸੀਂ ਕਿਸਾਨੀ ਦੇ ਕਰਜ਼ਾ ਮਾਫ਼ ਕਰਨ ਦੇ ਫਾਰਮ ਭਰੇ ਆ, 420 ਹੈ ਨਾ, ਇੱਕ ਤਾਂ ਵਾਅਦਾ ਹੀ ਕਰ ਲਿਆ, ਇੱਕ ਤਾਂ ਇਹਨਾਂ ਨੇ ਤਾਂ ਫਾਰਮ ਹੀ ਭਰੇ ਸੀਗੇ, ਅਸੀਂ ਕਿਹਾ ਵੀ ਕਰੋ ਕਰਜ਼ਾ ਮਾਫ਼। ਸੋ ਉਸ ਟਾਈਮ ਨੈਸ਼ਨਲਾਈਜ਼ ਬੈਂਕ ਵੀ ਛੱਡ ਦਿੱਤੇ, ਫਿਰ ਆੜ੍ਹਤੀਆਂ ਦਾ ਕਰਜ਼ਾ ਵੀ ਭੁੱਲ ਗਏ, ਫਿਰ CM ਸਾਹਿਬ ਨੇ, ਅਮਰਿੰਦਰ ਸਿੰਘ ਜੀ ਨੇ ਸਟੇਟਮੈਂਟ ਦਿੱਤੀ ਵੀ 10,50,000 ਕਿਸਾਨਾਂ ਦਾ ਅਸੀਂ 2-2 ਲੱਖ ਰੁਪਈਆ ਮਾਫ਼ ਕਰਾਂਗੇ ਔਨ ਦੀ ਫਲੋਰ ਆਫ ਦੀ ਹਾਊਸ। ਜਦੋਂ ਅਗਲੇ ਦਿਨ ਬਜਟ ਪੇਸ਼, ਉਹ 20,000 ਕਰੋੜ ਬਣਦਾ ਸੀਗਾ, ਜਦੋਂ ਬਜਟ ਪੇਸ਼ ਕੀਤਾ ਉਸ ਟਾਈਮ ਬਜਟ 'ਚ ਪ੍ਰੋਵੀਜ਼ਨ ਰੱਖਿਆ 1500 ਕਰੋੜ ਰੁਪਈਏ ਦਾ, ਉਹ 15,000 ਵੀ ਨਹੀਂ ਬਣਦਾ 10 ਲੱਖ ਕਿਸਾਨਾਂ ਦਾ, ਤੁਸੀਂ ਕੈਲਕੂਲੇਟ ਕਰ ਲਿਓ। ਅਸੀਂ ਫਿਰ ਰੌਲਾ ਪਾਇਆ ਵਿਧਾਨ ਸਭਾ 'ਚ, ਫਿਰ ਕਹਿਣ ਲੱਗੇ 9500 ਕਰੋੜ ਮਾਫ਼ ਕਰਾਂਗੇ। ਇੰਨੀ ਸਿਰਫ 7 ਦਿਨਾਂ 'ਚ 3 ਸਟੇਟਮੈਂਟਾਂ CM ਸਾਹਿਬ ਦੀ ਆਈਆਂ, ਪਹਿਲੇ ਦਿਨ 20,000 ਕਰੋੜ ਰੁਪਏ ਦੀ, ਦੂਸਰੇ ਦਿਨ 1500 ਕਰੋੜ ਦੀ, ਤੀਸਰੇ ਦਿਨ 9500 ਕਰੋੜ ਦੀ। ਮੈਂ ਤੁਹਾਨੂੰ ਹੁਣ ਫਿਰ ਇਹ ਦੱਸ ਰਿਹਾ ਵੀ ਨਾ 1500 ਕਰੋੜ ਆ, ਨਾ 9500 ਕਰੋੜ ਆ, ਨਾ 20,000 ਕਰੋੜ ਰੁਪਏ, 1 ਰੁਪਈਆ ਵੀ ਕਿਸਾਨਾਂ ਵਾਸਤੇ। ਪਰ ਸਰਕਾਰ ਕਹਿ ਰਹੀ ਕਿ ਜਲਦੀ ਨੋਟੀਫਿਕੇਸ਼ਨ ਜਾਰੀ ਹੋ ਜਾਏਗਾ, ਝੂਠ ਦੀ, ਜਿੰਨਾ ਵੀ ਕਰਜ਼ਾ ਉਹ ਅਸੀਂ ਪੇ ਕਰਾਂਗੇ। ਤੁਸੀਂ ਦੇਖੋ ਵੀ ਮੈਂ, ਮੇਰੀ ਲਾਈਫ ਰਹੀ ਆ, ਮੈਂ ਸਰਪੰਚ ਵੀ ਬਣਿਆ, 2 ਵਾਰੀ ਪ੍ਰਧਾਨ ਬਣਿਆ, ਚੇਅਰਮੈਨ ਪਲਾਨਿੰਗ ਬੋਰਡ ਬਣਿਆ, MLA ਬਣਿਆ, ਦੁਬਾਰਾ ਫਿਰ MLA ਬਣਿਆ, ਕਿੰਨੇ ਬਜਟ, 5 ਬਜਟ ਤਾਂ ਮੈਂ ਵਿੱਚ ਬੈਠ ਕੇ ਦੇਖੇ ਹਾਂ, ਬਾਹਰ ਤੋਂ ਵੀ ਦੇਖਦੇ ਰਹੇ ਹਾਂ। ਜਦੋਂ ਬਜਟ ਪੇਸ਼ ਹੁੰਦਾ ਸੀਗਾ ਨਾ, ਅੱਗੇ ਜਿਹੜਾ ਗੈਪ ਹੁੰਦਾ ਸੀਗਾ ਕਈ ਵਾਰੀ ਵੀ, ਤੁਹਾਡੀ ਆਮਦਨ ਅਤੇ ਖਰਚੇ ਦਾ ਗੈਪ, ਕਦੇ ਵੀ ਤੁਸੀਂ
50 साल का इतिहास चक के देख लियो, 1,000-1,500 करोड़ रुपये तो उपर कदे भी नहीं होया अदर सोर्सिज मोबिलाइज करके। इन्होंने देखो कितनी ठगियां उहदे च मारी। एक तो जिहड़ा करजा आ कोई भी स्टेट आ वो आरबी की गाइडलाइनस के हिसाब नाल ही ले सकती है, उस तो वध नहीं कुछ चलता। वो जी डी पी का 3% करजा जिहड़ा ले सकते हैं, 4.5 लाख करोड़ रुपया साड़ी जी डी पी आ, तो करजा जिहड़ा तकरीबन 12,519 करोड़ रुपया असीं ले सकते हैं, जबकि इन्होंने जिहड़ा करजा बजट च ही दिखाया वो 18,000 करोड़ रुपया दिखाया भी असीं बैंकों तो लोन लवेंगे, जिहड़ा कि पॉसीबल ही नहीं है। तो दूसरा 10,000 करोड़ रुपये का गैप इन्होंने आप बजट च लिखा भी ये 10,000 करोड़ रुपये का आमदन तो खर्चे का गैप हैगा जिहड़ा असीं अदर रिसोर्सिज मोबिलाइज करके जिहड़ा करांगे। हुण तुसीं सियाणे बैठे हैं, जी एस टी लागू हो गया, 30% जी एस टी की हाइक आ जी बजट से इन्होंने ले ली भी 30% जिहड़ा पैसे बच जाएंगे। ट्रांसपोर्ट च पैसे आ सकते सी उत्थे 1,500 करोड़ की थान पर आलरेडी बजट 3,000 करोड़ का प्रोविजन ले लिया। स्टैम्प ड्यूटी 3% इन्होंने घटाती, मतलब नवे टैक्स लाने का कोई प्रोविजन ही नहीं है, ला ही नहीं सकते। तो कितों किन्नी की जमीन बेच के 10,000 करोड़ इकट्ठा कर लेंगे, मतलब लोगों को यह जिहड़ा 16,000 करोड़ रुपये का गैप आ, जब पैसे ही नहीं तुसी दोगे कितों, उल्टा नुकसान क्या हो रहा किसानों से भंबल भूसा क्रिएट करता इन्होंने। तुसी देखो बैंकों की रिकवरी 10% भी नहीं हुई, बैंकों वाले ने किसानों को कर्जा देना जिहड़ा वो बंद करता, आढ़तियों ने कर्जा देना बंद कर दिया। तो उधर अखबारों च जिहड़े नाल लगे, हुण अज मैं सवेरे अखबार च पढ़ रहा सीगा एक खबर सीगी भी एक किसान ने 1,00,000 रुपये कर्जा लिया होया सीगा कोऑपरेटिव बैंक तो, उन्हें करजा वापस नहीं करया। 2 किले का वो मालिक सीगा किसान, उहदी पेंशन लगी पेंशन अटैच कर, तो बैंक ने उहदी पेंशन अटैच कर ली, मतलब ये हालात हो गए। तुसीं देखो भी इस भंबल भूसे करन उन्होंने झूठे वादे करन, अज भी जिहड़े वादे कर रहे झूठे निकले, उन्हां कारणां करके पिछले 100 दिनों 100 किसानों ने सुसाइड कर लिया। मैं उन्होंने रिक्वेस्ट की थी कि खुद मैं ही सीएम साहब ने रिक्वेस्ट करी थी भी जे थोड़ी इंटेंशन क्लीयर आ तुसीं करजे माफ़ कर देने, चलो अज नहीं 6 महीने कर दौ साल में कर दौ, पर तुसीं बैंकों नूं डायरैक्ट तो कर दौ भी करजे माफ़ हो जाने, किस्तां ना लिओ, किसानों नूं तंग ना करो, फलाना ना करो। उल्टा कहिंदे आ भी असीं जिहड़ी कुरकी बंद करती, उत्थे मैं मुक्तसर दे विधानसभा च लेके गया, मेरे कोल 100 किसानों नोट्स आए हुए सीगे कुरकी दे। सो हर चीज़ फ्रॉड ते झूठ निकल रहा। सानू कहिंदे सीगे लैंड माफिया जी, रेत माफिया हैगा, पहली बारी होया भी मंत्री खुद पार्टनर बन के माइनिंग कर रहे हैं। अब मेरे हल्के 5 सालों बिल्कुल नहीं हुई, तुसीं हुण जाके देखो मेरे कोल घट तो घट 50-60 JCB-ियां ककराली सुंडड़ा मुबारक पर बाकर पर ते उधर खेलन मलन उत्थे लगी हुई, एक भी लीगली माइनिंग अलॉट नहीं हुई पुलिस प्रशासन ते माइनिंग। कौन कर कौन रहा माइनिंग? मैं तुम दस रहा, पुलिस प्रशासन ते माइनिंग ये तिना का एक गैंग बन के माइनिंग माफिया प्रोटेक्ट कर रहा है, उन्होंने सेफ पैसेज दे रहा इलीगल माइनिंग करने वास्ते। और एड्डी वड्डी गल आ भी रोज़ अखबारों खबर लग रही है, दैनिक भास्कर च लगी, कल जी टी वी ते रिकॉर्डिंगा जड़ियां दिखाइयां, डेली पंजाबी ट्रिब्यून च खबरां लग लियां, फोटोआं उतर लियां, 50-50 फुट डूंघियां माइनिंग करतियां, पर किसी के सिर ते ज्यों तक नहीं सरकी, किसी ने नोट्स तक नहीं दिया। जे परचे दर्ज हुंदे आ उह सिर्फ साडे वर्करां ते हो रहे हैं। तुसीं देखो मैं तुहानूं नशे की गल करां, जीरकपुर च 25 शराब के ठेके अलॉटड आ, 29 खोले हुए हैं। मैं कल कले ठेके की फोटो तार के DC साहब नूं भी SDM साहब नूं भी भेजी, कोई कार्रवाई नहीं। मेरे पिंड लोगड़ च एक ठेका अलॉटड आ लीगल, 2 खुले हुए हैं, तीसरा एक होर गैर कानूनी मंदिर के नेड़े खोलता। 1 महीना लेडीज़ ने प्रोटेस्ट किया, किसी ने परवाह नहीं करी, उस तो बाद लेडीज़ ने कोई 10 बोतल उत्थे शराब दियाँ फोड़ती हैं। परचे मेरे 2 भरावां ते 5 MC ते दर्ज कर दे, और 1% कोई लड़ाई नहीं हुई, कोई झगड़ा नहीं हुआ। मीडिया च कंप्लेनेंट ने बयान दिया भी मेरे नाल कोई झगड़ा नहीं हुआ, लड़ाई नहीं हुई, कुटमार नहीं हुई, कोई पैसे नहीं, कोई मीडिया के सामने ते परचे दर्ज करते 307 दे इरादा कतल दे लुट खोह। पर हमेशा गालियां ते लगदा सी कि वंडेटा पॉलिटिक्स हुंदी है, कदे भी नहीं धक्का हुंदा कांग्रेसियों बादल साहब ने,
ਔਨ ਦੀ ਫਲੋਰ ਆਫ ਦੀ ਹਾਊਸ ਅਪੋਜੀਸ਼ਨ ਲੀਡਰ ਆਫ ਦੀ ਅਪੋਜੀਸ਼ਨ ਨੂੰ ਕਿਹਾ ਸੀਗਾ ਵੀ ਤੁਸੀਂ ਪਰਚੇ ਦਰਜ ਕਰਨ ਦੀਆਂ ਗੱਲਾਂ ਕਰਦੇ ਲਿਆਓ ਮੇਰੇ ਕੋਲ ਕਿਹੜੇ ਪਰਚੇ ਦਰਜ ਹੋਏ ਮੈਂ ਉਹਦੀ ਇਨਕੁਆਇਰੀ ਕਰਾਂ ਰੋਸਲੀ ਤੇ ਸਰਕਾਰ ਨੇ ਕਮਿਸ਼ਨ ਵੀ ਬਣਾਇਆ ਉਸ ਟਾਈਮ ਨਾ ਪਿਛਲੀ ਗੱਲ ਮੈਂ ਤੁਹਾਨੂੰ ਦੱਸ ਰਿਹਾ ਲਿਆਓ ਕਹਿੰਦਾ ਮੈਂ ਤੁਹਾਨੂੰ ਇੱਕ ਇੱਕ 10 ਪਰਚੇ ਨਹੀਂ ਦੇ ਸਕੇ ਉੱਥੇ ਫਲੋਰ ਆਫ ਦੀ ਹਾਊਸ ਵਿਧਾਨ ਸਭਾ 'ਚ ਮੈਂ ਉੱਥੇ MLA ਸੀਗਾ ਅਤੇ ਜਦਕਿ ਆ 2 ਮਹੀਨੇ ਹੋਏ ਸਰਕਾਰ ਬਣੀ ਨੂੰ 150 ਪਰਚਿਆਂ ਦੀ ਲਿਸਟ FIR ਨੰਬਰ ਮੋਬਾਈਲ ਨੰਬਰ ਥਾਣਾ ਨੰਬਰ ਮੈਂ ਅਮਰਿੰਦਰ ਸਿੰਘ ਜੀ ਨੂੰ ਉੱਥੇ ਵਿਧਾਨ ਸਭਾ 'ਚ ਦਿੱਤੀ ਹੈ ਵੀ ਆਹ ਪਰਚੇ ਦਰਜ ਹੋਏ ਚੈੱਕ ਕਰ ਲਿਓ ਜੇ ਇੱਕ ਵੀ ਸੱਚਾ ਹੋਏ ਮੇਰੇ ਹਲਕੇ 'ਚ 7 ਪਰਚੇ ਤਾਂ ਸਾਡੇ MCਆਂ 'ਤੇ ਜ਼ੀਰਕਪੁਰ 'ਚ ਹੋਏ ਦੋਵਾਂ 'ਤੇ ਡੇਰਾਵਸੀ ਹੋਏ 5 'ਤੇ ਲਾਲੜੂ ਹੋਏ ਫਿਰ ਬਲਾਕ ਸੰਮਤੀ ਮੈਂਬਰਾਂ 'ਤੇ ਸਰਪੰਚਾਂ 'ਤੇ ਇਹਨੀ ਕੋਈ ਛੱਡੇ ਨਹੀਂ ਹੈਗਾ ਰੋਜ਼ ਲਿਸਟਾਂ ਬਣਾ ਕੇ ਨਿਕਲਦੇ ਹਾਂ ਵੀ ਅੱਜ ਕਿਸ ਕਿਸ ਨੂੰ ਅੰਦਰ ਕਰਨਾ ਹੈਗਾ ਇਸ ਲੈਵਲ ਦੀ ਤਾਂ ਗੁੰਡਾਗਰਦੀ ਹੋ ਰਹੀ ਆ ਆਹ ਤਹਿਸੀਲਾਂ 'ਚ ਮੈਂ ਬੋਰਡ ਲਾਏ ਹੋਏ ਸੀਗੇ ਵੀ ਜੇਕਰ ਕੋਈ ਤੁਹਾਨੂੰ ਤੁਹਾਡੇ ਤੋਂ ਪੈਸਾ ਮੰਗਦਾ ਮੈਨੂੰ ਕਾਲ ਕਰੋ ਮੇਰੇ ਨੰਬਰ ਲਿਖੇ ਹੋਏ ਸੀਗੇ ਜ਼ੀਰਕਪੁਰ ਵੀ ਡੇਰਾ ਵਸੀ ਜਿਵੇਂ ਬੋਰਡ ਜੇ ਜਦੋਂ ਸਰਕਾਰ ਬਣੀ ਪੱਟ ਕੇ ਉਹ ਮਰੇ ਅਤੇ ਤੁਸੀਂ ਜਾ ਕੇ ਦੇਖ ਲਿਓ ਜੇ ਰਜਿਸਟਰੀ ਬਿਨਾਂ ਪੈਸੇ ਤੋਂ ਹੋ ਜੇ ਤਹਿਸੀਲਾਂ 'ਚ ਹਾਲ ਮਾੜਾ ਥਾਣਿਆਂ 'ਚ ਤੁਸੀਂ ਜਾ ਕੇ ਵੜ ਨਹੀਂ ਸਕਦਾ ਆਮ ਆਦਮੀ ਇਹੋ ਜਿਹੀ ਹਾਲ ਹੋਈ ਪਈ ਆ ਫਿਰ ਟ੍ਰੈਫਿਕ ਵਾਲੇ ਤੁਸੀਂ ਦੇਖੋ 10-12 ਨਾਕੇ ਸੜਕ 'ਤੇ ਲੱਗੇ ਹੋਏ ਆ ਬਾਹਰ ਦੀ ਗੱਡੀ ਕੋਈ ਟੱਕਰੇ ਤਾਂ ਸਹੀ ਜਦ ਤੱਕ ਜੇਬ ਖਾਲੀ ਨਹੀਂ ਕਰਦੇ ਛੱਡਦੇ ਨਹੀਂ ਹੈਗੇ ਇਹਨੀ ਥਾਣਿਆਂ 'ਚ ਤਹਿਸੀਲਾਂ 'ਚ ਹਰ ਜਗ੍ਹਾ ਕਰਪਸ਼ਨ ਲੈਂਡ ਮਾਫੀਆ ਹਰ ਚੀਜ਼ ਹੋ ਰਹੀ ਹੈ ਜਿਹੜੀ ਨਹੀਂ ਔਰ ਲੋਕ 6-3 ਮਹੀਨੇ 'ਚ ਹੀ ਬੁਰੀ ਤਰ੍ਹਾਂ ਅੱਕ ਗਏ ਤੁਸੀਂ ਆ MP ਚੋਣਾਂ 'ਚ ਦੇਖਿਓ ਬਹੁਤ ਮਾੜੀ ਹਾਲਤ ਹੋਣੀ ਹੈ ਕਿਸਾਨਾਂ ਦੀ ਗੱਲ ਕਰਦੇ ਹਾਂ ਤੁਸੀਂ ਕਿਹਾ ਵੀ 100 ਕਿਸਾਨ ਪਹਿਲੇ 100 ਦਿਨ ਤੱਕ ਸੁਸਾਈਡ ਕਰ ਚੁੱਕੇ ਆ ਖਾਸ ਗੱਲ ਹੈ ਕਿ ਜਿਹੜਾ ਕਰਜ਼ਾ ਮਾਫੀ ਦੀ ਅਨਾਊਂਸਮੈਂਟ ਤੋਂ ਬਾਅਦ ਵੀ ਲਗਾਤਾਰ ਕਿਸਾਨ ਸੁਸਾਈਡ ਕਰ ਰਹੇ ਆ ਤੁਹਾਡੀ ਪਾਰਟੀ ਜਿਹੜੀ ਸੀ ਉਹ ਵੀ ਕਿਸਾਨਾਂ ਦੇ ਹਿੱਤ ਦੀ ਪਾਰਟੀ ਆਪਣੇ ਆਪ ਨੂੰ ਅਖਵਾਉਂਦੀ ਹੈ ਵਜ੍ਹਾ ਕੀ ਹੈ ਕਿ ਕਿਸਾਨ ਸੁਸਾਈਡ ਕਰੀ ਜਾ ਰਿਹਾ ਬਹੁਤ ਕੁਛ ਸਰਕਾਰਾਂ ਕਰਦੀਆਂ ਨੇ ਲੇਕਿਨ ਉਹਦੇ ਬਾਵਜੂਦ ਮਾਯੂਸ ਹੈ ਕਿਸਾਨ ਬਿਲਕੁਲ ਤੁਸੀਂ ਕਿਹਾ ਦੇਖੋ ਕਿਸਾਨ ਮਾਯੂਸ ਆ ਜੇ ਕਰਜ਼ੇ ਮਾਫ਼ ਹੋ ਸਕਦੇ ਹੁੰਦੇ ਨਾ ਬਜਟ ਫੰਡ ਪਰਮਿਸ਼ਨ ਕਰਦਾ ਮੈਂ ਸਮਝਦਾ ਹਿੰਦੁਸਤਾਨ 'ਚ ਸਭ ਤੋਂ ਪਹਿਲਾਂ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਸਾਹਿਬ ਨੇ ਕਰਨੇ ਸੀਗੇ ਸਾਡੀ ਉਹ ਚਾਦਰ ਉੱਨੀ ਨਹੀਂ ਸੀਗੀ ਅਸੀਂ ਕਰ ਨਹੀਂ ਸਕੇ ਇਸੇ ਕਰਕੇ ਅਸੀਂ ਇਲੈਕਸ਼ਨਾਂ 'ਚ ਵਾਅਦੇ ਨਹੀਂ ਕਰੇ ਪਰ ਤੁਸੀਂ ਕਿਸਾਨ ਦੀ ਹਾਲਤ ਦੇਖੋ ਨਾ ਜੀ ਇਨਪੁੱਟ ਕੋਸਟ ਜਿਹੜੀ ਵੱਧਦੀ ਜਾ ਰਹੀ ਆ ਆਊਟਪੁੱਟ ਕੋਈ ਹੈ ਨਹੀਂ ਸੋ ਕਿਸਾਨ ਨੂੰ ਤਾਂ ਉਹਦੀ ਫਸਲ ਦੀ ਪੂਰੀ ਕੀਮਤ ਹੀ ਨਹੀਂ ਮਿਲਦੀ ਬਹੁਤ ਮਾੜੀ ਹਾਲਤ ਆ ਪਿਛਲੀ ਵਾਰੀ ਜਦੋਂ ਕਾਂਗਰਸ ਦੀ ਸਰਕਾਰ ਆਈ ਸੀਗੀ ਇਹਨਾਂ ਨੇ ਆਉਂਦੀ ਮੋਟਰਾਂ ਦੇ ਬਿੱਲ ਲਾਤੇ ਸੀਗੇ ਅਸੀਂ ਤਕਰੀਬਨ ਪਿਛਲੇ 10 ਸਾਲਾਂ 'ਚ ਮੇਰੇ ਖਿਆਲ 50,000 ਕਰੋੜ ਰੁਪਏ ਦੇ ਕਰੀਬ ਦੇ ਬਿੱਲ ਕਿਸਾਨਾਂ ਦੇ ਸਾਡੀ ਸਰਕਾਰ ਨੇ ਭਰੇ ਆ ਫਿਰ ਕਿਸਾਨ ਇਕੱਲਾ ਕਰਜ਼ੇ ਕਰਕੇ ਥੋੜ੍ਹੇ ਜਿਹੇ ਕਿਸਾਨਾਂ ਨੇ ਆਪਣੇ ਬੱਚੇ ਵੀ ਪੜ੍ਹਾਉਣੇ ਹੁੰਦੇ ਆ ਕਿਸਾਨਾਂ ਨੇ ਆਪਣਾ ਇਲਾਜ ਵੀ ਕਰਵਾਉਣਾ ਪੈਂਦਾ ਹੈਗਾ ਅਸੀਂ ਕਿਸਾਨਾਂ ਦਾ ਜਿਹੜਾ ਇੰਸ਼ੋਰੈਂਸ ਕੀਤੀ ਉਹਨਾਂ ਦੇ ਇਲਾਜ ਵਾਸਤੇ 50,000 ਰੁਪਏ ਦੀ ਹੈਲਥ ਇੰਸ਼ੋਰੈਂਸ ਕੀਤੀ 50,000 ਤਾਂ ਇਲਾਜ ਉਸ ਟਾਈਮ ਮੁਫਤ ਹੁੰਦਾ ਸੀਗਾ ਹਸਪਤਾਲ 'ਚ ਕਾਰਡ ਦਿਖਾਉਂਦੇ ਸੀਗੇ ਪ੍ਰਾਈਵੇਟ 'ਚ ਜਾ ਕੇ ਅਤੇ ਇਲਾਜ ਹੋ ਜਾਂਦਾ ਤਾਂ ਕਿਸੇ ਦਾ ਅੱਖਾਂ ਦਾ ਆਪਰੇਸ਼ਨ ਕਿਸੇ ਦਾ ਗੋਡਿਆਂ ਦਾ ਕਿਸੇ ਦਾ ਕੁਝ ਉਹ ਪੂਰੇ ਪਰਿਵਾਰ 50,000 ਤੱਕ ਦਾ ਇਲਾਜ ਕਰਵਾ ਸਕਦਾ ਸੀਗਾ ਕਾਂਗਰਸ ਨੇ ਆਉਂਦੀ ਬੰਦ ਕਰਤਾ ਬਿਜਲੀ 'ਚ ਅਸੀਂ ਫਰੀ ਦਿੰਦੇ ਸੀਗੇ ਫਿਰ ਖਾਦਾਂ 'ਚ ਅਸੀਂ ਸਬਸਿਡੀ ਦਿੰਦੇ ਸੀਗੇ ਫਿਰ ਕੋਆਪਰੇਟਿਵ 'ਚ ਜਿਹੜੇ ਸੰਦ ਖਰੀਦਦੇ ਸੀਗੇ 50% ਤੱਕ ਉਹਦੀ ਸਬਸਿਡੀ ਅਸੀਂ ਦਿੰਦੇ ਸੀਗੇ ਜਿਹੜੀ ਪਰਾਲੀ ਨੂੰ ਅੱਜ ਜਲਾ ਰਹੇ ਹਾਂ ਉਹਨਾਂ ਨੂੰ ਜਿਹੜੇ ਕੱਟਣ ਵਾਸਤੇ ਹੋਰ ਹੈਪੀ ਸੀਡਰ ਵਗੈਰਾ ਉਹਦੇ 'ਤੇ 50% ਸਬਸਿਡੀ ਦਿੱਤੀ ਜਾਂਦੀ ਸੀਗੀ ਹਾਰਟੀਕਲਚਰ ਯੂਨੀਵਰਸਿਟੀ ਬਾਦਲ ਸਾਹਿਬ ਇੱਥੇ ਲੈ ਕੇ ਆਏ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ 300 ਕਰੋੜ ਰੁਪਏ ਅਸੀਂ ਹਰ ਸਾਲ ਰਿਸਰਚ ਵਾਸਤੇ ਫੰਡ ਦਿੰਦੇ ਸੀਗੇ ਸੋ ਕਿਸਾਨਾਂ ਦੀ ਬਿਹਤਰੀ ਵਾਸਤੇ ਜੇਕਰ ਮੈਂ ਬਾਦਲ ਸਾਹਿਬ ਦੀ ਗੱਲਾਂ ਦੱਸਾਂ ਬੜਾ ਸਮਾਂ ਲੱਗ ਜਾਣਾ ਸਿਰਫ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਸਾਹਿਬ ਨੇ ਕਰਿਆ SYL ਦਾ ਜਿਹੜਾ ਸ਼ੁਰੂ ਤੋਂ ਹੀ ਸ਼੍ਰੋਮਣੀ ਅਕਾਲੀ ਦਲ ਲੜਾਈ ਲੜਦਾ ਰਿਹਾ ਹੈਗਾ ਪਹਿਲੀ ਵਾਰੀ ਜਦੋਂ ਇੰਦਰਾ ਗਾਂਧੀ SYL ਦਾ ਟੱਕ ਲਾਉਣ ਆਈ ਇਹੀ ਕੈਪਟਨ ਅਮਰਿੰਦਰ ਸਿੰਘ ਜੀ ਸੋਨੇ ਦੀ ਕਹੀ ਲੈ ਕੇ ਟੱਕ ਲਾਉਣ ਗਏ ਸੀਗੇ ਸੋ ਇਹਨਾਂ ਦੀ ਦੇਣ ਆ SYL ਨਹਿਰ ਬਾਦਲ ਸਾਹਿਬ ਉਸ ਟਾਈਮ ਤੋਂ ਲੈ ਕੇ ਅੱਜ ਤੱਕ ਲੜਾਈ ਲੜਦੇ ਰਹੇ ਸੁਪਰੀਮ ਕੋਰਟ ਨੇ ਹੁਣ ਕਹਿ ਦਿੱਤਾ ਕਿ SYL ਜਿਹੜੀ ਹੈ ਉਹਨੂੰ 3 ਮਹੀਨੇ ਦੇ ਵਿੱਚ ਕੰਮ ਸ਼ੁਰੂ ਕੀਤਾ ਜਾਵੇ ਨਹਿਰ ਬਣਾਈ ਜਾਵੇ ਲੱਗਦਾ ਕਿ ਪੰਜਾਬ 'ਚ ਇਹ ਮੁਮਕਿਨ ਹੈਗਾ ਸਰਕਾਰ ਦੇ ਲਈ ਕਿੰਨੀ ਵੱਡੀ ਚੁਣੌਤੀ SYL ਨਹਿਰ ਸ਼੍ਰੋਮਣੀ ਅਕਾਲੀ ਦਲ ਦਾ ਸ਼ੁਰੂ ਤੋਂ ਹੀ ਸਟੈਂਡ ਰਿਹਾ ਕਿ ਪਾਣੀਆਂ ਦੀ ਵੰਡ ਆ ਜਿਹੜੀ ਰਿਪੇਰੀਅਨ ਐਕਟ ਦੇ ਥੱਲੇ ਹੋਣੀ ਚਾਹੀਦੀ ਹੈ ਸੋ ਕਾਂਗਰਸ ਨੇ 1978 'ਚ ਧੋਖੇ ਨਾਲ ਸਾਡੇ ਤੋਂ ਪਾਣੀ ਖੋਇਆ ਸਾਡਾ 7 MF ਪਾਣੀ ਰਾਜਸਥਾਨ ਨੂੰ ਦਿੱਤਾ ਜਿਹੜਾ ਕਿ ਰਿਪੇਰੀਅਨ ਸਟੇਟ ਹੈ ਹੀ ਨਹੀਂ ਫਿਰ ਹਰਿਆਣਾ ਜਦੋਂ ਡਿਵਾਈਡ ਹੋਇਆ ਉਸ ਟਾਈਮ ਧਾਰਾ 78 ਇਹਨਾਂ ਨੇ ਲਾ ਕੇ
स्पेशल अधिकार लेके हरियाणे नूं 3 MF पानी जिहड़ा 3.5 MF पानी दिया जिहड़ा कि टोटली गलत सीगा क्योंकि कोई भी जिहड़ा SYL आ जिहड़ा सतलुज यमुना नहर कोई भी दरिया हरियाणे च नहीं वगदा। रिपेरियन एक्ट का मतलब यह भी जिथे जिस स्टेट का उसका पानी तो हक आ। सो ना तो राजस्थान का हक ना हरियाणे का हक। असी बाल साहब जो सरकार 79 च बनी उस टाइम असी केस पाया उसका फैसला होने वाला सीगा। सरकार साड़ी तोड़ती कांग्रेस ने दरबारा सिंह जी मुख्यमंत्री बन गए उत्थे बुला के उन्होंने दिल्ली उन्होंने तो साइन करवा के केस विड्रा करता। सो उस टाइम फिर ये नहर का काम अमरिंदर सिंह जी करना है। असी कपूरी का मोर्चा जिहड़ा उस टाइम लाया फिर साड़ी सरकार बनी असी फिर उस धारा 78 नूं चैलेंज किया भी रिपेरियन ला दे थले जिहड़ा पानी की वंड जिहड़ी की है जिहड़ा अज तक श्रोमणी अकाली दल का यही शुरू तो स्टैंड रहा। पर वो जो धारा 78 का जो फैसला नहीं होया सुप्रीम कोर्ट ने ऑर्डर करते भी नहर जी बनाओ पर नहर बनूगी किस तरह। असी तो जिमीदारा जमीन जी वापस करती डीनोटीफाई कर दी। पहली गल तो जमीन ही नहीं है दूसरी गल पानी नहीं। पंजाब 14.5 लाख ट्यूबवैल हैं हरियाणे 4.5 लाख ट्यूबवैल हैं। साडा जो 28% एरिया अंडर कल्टीवेशन है नहरी च तो हरियाणे का भी मेरा ख्याल इन्ना ही है। यमुना नहर का पानी कला हरियाणे नूं मिल रहा तो सतलुज यमुना नहर का सतलुज नहर का साढ़े तो खून नूं फिरदे आ। सो ये तो श्रोमणी अकाली दल का पहला तो एक क्लीयर कट स्टैंड रहा कि असी एक बुंद भी पानी की ना साढ़े को स्पेयर है ना देनी ना जान देनी चाहे सानू कोई कुरबानी क्यों ना पड़नी पे उस वास्ते सानू मोर्चा लाना पे जेल च जाना पे कुछ भी करना पे असी पानी नहीं जान देवे। पर बड़ी मदभागी गल है कि जो कल सुप्रीम कोर्ट ने 3 महीने का टाइम दिता कैप्टन अमरिंदर सिंह जी ने उसनों वेलकम करिया भी बड़ा वधिया फैसला सुप्रीम कोर्ट ने करता। यानी ये कोई पंजाब दे हितैषी है कांग्रेस ने सदा पंजाब दे हितां दे मैं समझदा कि राखी करन दी बजाय उन्होंने खोण की कोशिश करी चाहे पंजाब का चंडीगढ़ का मसला है चाहे SYL का मसला चाहे कोई मसले देख लो। शर्मा जी तुहाडी पार्टी का बहुत मुश्किल दौर चो निकल रही है तुसीं विरोधी धिर भी नहीं बन पाए 3 नंबर पर तुहाडी पार्टी आ गई है हुण की लगता कि कद तक तुहाडी पार्टी जिहड़ी है वापस बाउंस करेगी। 2019 दे इलैक्शन बहुत ज़्यादा दूर नहीं है 1.5 साल का वक्त रह गया और लगता कि पार्टी अगले 1.5 साल रिवाइव करके अपना पुराना जिहड़ा पोलिटिकल स्पेस सीगा और ले लेगी। देखो श्रोमणी अकाली दल हिंदुस्तान की सब तो पुरानी पार्टी 1920 होंद चाई कांग्रेस तो बाद दूसरे नंबर की पार्टी श्रोमणी अकाली दल जिन्हें आज़ादी की लड़ाई भी कुरबानियां कीतियां सब तो वध लहरां पंजाब चाहियां गुरुद्वारा सदैर लहरां आईयां उन्होंने भी हिस्सा दिता। सो बड़े माड़े समय भी पार्टी ने दिते पर पंजाब दे लोकां दी हक्कां दी राखी जिहड़ी श्रोमणी अकाली दल सदा करदा रहा। पिछले इलैक्शन मैं समझदा कि लोग गुमराह जिहड़े ਉਹ ਹੋਏ ਆ ਔਰ ਸਿਰਫ 3 ਮਹੀਨੇ 'ਚ ਲੋਕਾਂ ਨੂੰ ਪਤਾ ਲੱਗ ਗਿਆ। ਸੋ ਅਸੀਂ ਤਾਂ ਸਾਡੀ ਜੌਬ ਆ ਪੰਜਾਬ ਦੇ ਹਿੱਤਾਂ ਦੀ ਰਾਖੀ ਕਰਨਾ ਚਾਹੇ ਅਸੀਂ ਸਰਕਾਰ 'ਚ ਹੋਈਏ ਚਾਹੇ ਨਾ ਹੋਈਏ। ਸੋ ਉਸ 'ਤੇ ਅਸੀਂ ਡੱਟ ਕੇ ਪਹਿਰਾ ਦੇ ਰਹੇ ਹਾਂ ਔਰ ਤੁਸੀਂ ਦੇਖਿਓ 2019 'ਚ ਅਸੀਂ ਟੋਟਲ ਸਵੀਪ ਕਰਕੇ ਜਿਹੜਾ ਬਾਊਂਸ ਬੈਕ ਕਰਾਂਗੇ ਕਿਉਂਕਿ ਪੰਜਾਬ 'ਚ ਜੋ ਡਿਵੈਲਪਮੈਂਟ ਹੋਈ ਜੋ ਵਿਕਾਸ ਹੋਇਆ ਜੋ ਭਾਈਚਾਰਕ ਸ਼ਾਂਤੀ ਇੱਥੇ ਹੋਈ ਜੋ ਤਰੱਕੀ ਹੋਈ ਉਹ ਸਿਰਫ ਅਤੇ ਸਿਰਫ ਸ਼੍ਰੋਮਣੀ ਅਕਾਲੀ ਦਲ ਦੀ ਜਦੋਂ ਸਰਕਾਰ ਬਣੀ ਆ ਉਸੇ ਟਾਈਮ ਹੋਈ ਆ। ਕਾਂਗਰਸ ਦੀ ਸਰਕਾਰਾਂ 'ਚ ਤਾਂ ਪਾੜ ਕੇ ਰਾਜ ਕਰਦੇ ਰਹੇ ਤੁਸੀਂ ਦੇਖੋ 1984 'ਚ ਕਤਲੇਆਮ ਹੋਇਆ ਸ਼੍ਰੀ ਹਰਿਮੰਦਰ ਸਾਹਿਬ 'ਤੇ ਅਟੈਕ ਹੋਇਆ ਇਹ ਸਾਰਿਆਂ ਪਿੱਛੇ ਕਿਤੇ ਨਾ ਕਿਤੇ ਤੁਸੀਂ ਦੇਖੋ ਵੀ ਹਿੰਦੂ ਸਿੱਖ ਭਾਈਚਾਰਕ ਸਾਂਝ ਜਿਹੜੀ ਕਾਂਗਰਸ ਨੇ ਖਤਮ ਕਰਨ ਦੀ ਕੋਸ਼ਿਸ਼ ਕਰੀ ਔਰ ਪੰਜਾਬ ਨੇ 15 ਸਾਲ ਸੰਤਾਪ ਹੋ ਗਿਆ। ਸੋ ਇਹ ਪੰਜਾਬੀ ਜਾਣਦੇ ਆ ਪਰ ਇਹ ਤਾਂ ਕਿਸੇ ਨਾ ਕਿਸੇ ਤਰ੍ਹਾਂ ਗੱਲਾਂ ਬਾਤਾਂ 'ਚ ਲੋਕ ਆ ਗਏ ਆ। ਸੋ ਨੌਜਵਾਨਾਂ ਨੂੰ ਸਮਾਰਟਫੋਨ ਦੇਵਾਂਗੇ ਕਾ 10 ਕਰੋੜ ਬਜਟ 'ਚ ਰੱਖਿਆ 50 ਲੱਖ ਨੌਜਵਾਨਾਂ ਨੂੰ ਦੇਣਾ ਦੱਸੋ 5 ਰੁਪਏ ਦਾ ਸਮਾਰਟਫੋਨ ਆਊਗਾ। ਸੋ ਇਹੋ ਜਿਹੀਆਂ ਕਰਤੂਤਾਂ ਕਰ ਰਹੇ ਹਾਂ ਲੋਕਾਂ ਦੇ ਸਾਹਮਣੇ ਆ ਗਈਆਂ 3 ਮਹੀਨੇ 'ਚ ਹੀ ਬਾਹਰ ਨਿਕਲ ਗਈ ਗੱਲ। ਥੈਂਕ ਯੂ। ਇਹ ਸਨ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ NK ਸ਼ਰਮਾ। ਇਹਨਾਂ ਦਾ ਕਹਿਣਾ ਹੈ ਕਿ ਕਾਂਗਰਸ ਔਰ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕੀਤਾ ਸੀ ਔਰ ਉਸ ਦਾ ਫਾਇਦਾ ਉਹਨਾਂ ਨੂੰ ਇਲੈਕਸ਼ਨ 'ਚ ਮਿਲਿਆ ਸੀ ਲੇਕਿਨ ਸ਼੍ਰੋਮਣੀ ਅਕਾਲੀ ਦਲ ਜਿਹੜੀ ਆ ਉਹ ਪੰਜਾਬ ਦੇ ਹਿੱਤਾਂ ਦੀ ਰਾਖੀ ਕਰਦੀ ਰਹੀ ਆ ਔਰ ਉਹਨਾਂ ਦਾ ਦਾਅਵਾ ਹੈ ਕਿ ਅਗਲੇ ਜਿਹੜੇ 2019 ਦੀਆਂ ਚੋਣਾਂ ਹੋਣਗੀਆਂ ਉਸ ਵਿੱਚ ਪਾਰਟੀ ਦੀ ਵਾਪਸੀ ਹੋਏਗੀ ਔਰ ਪੰਜਾਬ ਦੇ ਵਿੱਚ ਜਿਹੜਾ ਇੱਕ ਸਪੇਸ ਸੀ ਉਹਨਾਂ ਦੀ ਪਾਰਟੀ ਦਾ ਉਹਨੂੰ ਵਾਪਸ ਹਾਸਲ ਵਿੱਚ ਕਾਮਯਾਬ ਹੋਣਗੇ।